ਕਿਆ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਅਪਡੇਟ ਲੈ ਕੇ ਆਇਆ ਹਾਂ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਆਪਣੇ ਜਿਹੜੇ ਸਬਸਕ੍ਰਾਈਬ ਜਰੂਰ ਕਰ ਲਿਓ ਭਾਈ ਤੇ ਜਿਹੜਾ ਕੈਂਡੀਡੇਟ ਕੋਈ ਨਵਾਂਗਾ ਉਹ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦਾ ਇੰਸਟਾਗ੍ਰਾਮ ਤੇ ਆਪਣੀ ਆਈਡੀ ਹੈਗੀ ਹੈ ਪੁੱਲਰ 35 18 ਇਸ ਤੋਂ ਬਾਅਦ ਆਪਾਂ ਇੱਕ ਨਵਾਂ ਬਲੌਗ ਚੈਨਲ ਉਹ ਵੀ ਦੱਸਣਾ ਚਾਹੁੰਦਾਗਾ ਦੀਪ ਪੁੱਲਰ ਬਲੌਗਸ ਉਹਦੇ ਤੇ ਆਪਾਂ ਬਲੌਗ ਪਾਉਣੇ ਹੁੰਦੇ ਆ ਭਾਈ ਤੇ ਵਾਧਰੋਵਾ ਦੇ ਚ ਜੇ ਤੁਹਾਨੂੰ ਫੋਲੋ ਤੇ ਸ਼ੇਅਰ ਕਰਦੇ ਹੋ ਠੀਕ ਹੈ ਜੀ ਹੁ ਜਿਹੜੀ ਮੇਨ ਗੱਲ ਕਰਨ ਲੱਗਾ ਉਹ ਕਰ ਲੱਗਾ ਰੇਲ ਕੋਚ ਫੈਕਟਰੀ ਭਰਤੀ ਆਊਟ ਆਪਣੇ ਕਪੂਰਥਲਾ ਦੇ ਵਿੱਚ ਠੀਕ ਹੈ ਅ ਰੇਲਵੇ ਦੁਆਰਾ ਰੇਲ ਕੋਚ ਫੈਕਟਰੀ ਲੱਗੀ ਹੋਈ ਹੈ ਉੱਥੇ ਜਿਹੜੇ ਰੇਲ ਦੇ ਡੱਬੇ ਚਾਰ ਕੀਤੇ ਜਾਂਦੇ ਆ ਤਾਂ ਉੱਥੇ ਭਰਤੀ ਨਿਕਲੀ ਹੈ ਕਰੜਕਾਂ ਦੀ ਤੇ ਹੋਰ ਵੀ ਕੀ ਡਿਪਾਰਟਮੈਂਟਾਂ ਦੀ ਭਰਤੀ ਇਹਦੇ ਵਿੱਚ ਡਿਪਾਰਟਮੈਂਟਾਂ ਦੇ ਨੇ ਕਈ ਵਾਰਗਾਂ ਦੀ ਭਰਤੀ ਹੈ ਤੇ ਕੁਆਲੀਫਿਕੇਸ਼ਨ 10ਵੀਂ ਤੇ 12ਵੀਂ ਹੈ ਠੀਕ ਹੈ ਜੀ ਇੱਕ ਵਾਰੀ ਸਾਰੇ ਕੁਆਲੀਫਿਕੇਸ਼ਨ ਧਿਆਨ ਨਾਲ ਦੇਖ ਲਓ ਕਿ ਨਾਲ ਹੋਰ ਵੀ ਕੋਈ ਚਾਹੀਦਾ ਕਿ ਕੀ ਚਾ ਹਰ ਨੋਟੀਫਿਕੇਸ਼ਨ ਆਪ ਇਹਨਾਂ ਦਾ ਠੀਕ ਹੈ ਇਹਨੇ ਕਿਹਾ ਕਿ 19 ਦੋ ਤੋਂ ਆਨਲਾਈਨ ਫਾਰਮ ਸ਼ੁਰੂ ਹੋ ਚੁੱਕੇ 21 ਤੰਨੇ ਦੀ ਲਾਸਟ ਡੇਟ ਹੈ ਠੀਕ ਹੈ ਜੀ ਇਹ ਕਿਹਨੇ ਡੇਟ ਅਪਲਾਈ ਕਰ ਸਕਦੇ ਦੇਖੋ ਕਾਦੇ ਚਾਹੀਏ ਪੋਸਟਾਂ ਇਹ ਐਪਲੀਕੇਸ਼ਨ ਇਜ਼ ਦਾ ਪ੍ਰੀਸਕ੍ਰਾਈਬਡ ਫਾਰਮੈਟ ਆਰ ਇਨਵਾਈਟਿਡ ਫਰੋਮ ਦਾ ਸਪੋਰਟਸ ਪਰਸਨ ਆਫ ਦਾ ਡਿਸਪਲਿਨ ਐਂਡ ਰਿਕਰੂਟਿਡ ਸਪੋਰਟਸ ਕੋਟਾ ਇਹਦੀ ਭਾਰਤੀ ਕੱਢੀ ਗਈ ਸਪੋਰਟਸ ਕੋਟੇ ਵਾਲੇ ਸਟੂਡੈਂਟਾਂ ਵਾਸਤੇ ਜਿਹਦਾ ਸਟੂਡੈਂਟਾਂ ਕੋਲੇ ਕੋਈ ਸਰਟੀਫਿਕੇਟ ਹੈਗਾ ਉਹ ਅਪਲਾਈ ਕਰ ਸਕਦਾ ਸੋ ਦੇਖੋ ਨਾ ਕੀ ਕੁਛ ਇਹਦੇ ਚ ਇਕਦਰ ਦੇ ਵਿੱਚ ਬਗੇਸ ਕਿਹ ਜਿਹੜੇ ਕੱਢੇਗਾ ਟੋਟਲ ਦੇ ਵਿੱਚ 10 ਬਗੇਸ ਕਿ ਕੱਢੇਗਾ ਇਹਨਾਂ ਨੇ ਠੀਕ ਹੈ ਜੀ ਜੀਵ ਵਿੱਚ ਬਾਸਕਟਬਾਲ ਦੇ ਵਿੱਚ ਤਿੰਨ ਪੋਸਟ ਹੈ ਰੈਸਲਿੰਗ ਦੇ ਵਿੱਚ ਤਿੰਨ ਪੋਸਟ ਹੈ ਤੇ ਐਥਲੈਟਿਕਸ ਬੂਮੈਂਨ ਦੇ ਦੋ ਪੋਸਟਾਂ ਤੇ ਹਾਕੀ ਦੇ ਦੋ ਪੋਸਟਾਂ ਹੀ ਆ ਠੀਕ ਹੈ ਜੀ ਜੇ ਕੋਈ ਕੰਡੀਟੇਟ ਅਪਲਾਈ ਕਰਨਾ ਚਾਹੁੰਦਾ ਹੈ ਅਪਲਾਈ ਕਰ ਸਕਦਾ ਉਮਰ ਕਿਹੇ ਉਮਰ ਹੱਦ ਕੀ ਹੈ ਉਮਰ ਹੱਦ ਹੈਗੀ 18 ਤੋਂ 25 ਸਾਲ ਠੀਕ ਹੈ ਇਹ ਟੈਕਨੀਕਲ ਵਾਸਤੇ ਟੈਕਨੀਕਲ ਦੇਖਾ ਪੋਸਟਾਂ ਵੀ ਹੈਗੀਆਂ ਵਿੱਚ ਉਦੇ ਵਿੱਚ ਇੱਕ ਰਹਿ ਕੇ ਟੈਕਨੀਕਲ 3 ਗ੍ਰੇਡ ਦੀ ਜਿਹਦੇ ਵਿੱਚ ਕੀ ਮੰਗਿਆ ਗਿਆ ਕਿ 10ਵੀਂ ਹੋਵੇ ਤੁਹਾਡੇ ਕੋਲੇ ਜੇ 10ਵੀਂ ਨਹੀਂ ਹੈਗੀ ਤੁਹਾਡੇ ਕੋਲੇ ਤਾਂ ਤੁਹਾਡੇ ਕੋਲ 10ਵੀਂ ਦੇ ਨਾਲ ਕੰਪਲੀਟ ਆਈਆਈਟੀ ਵੀ ਹੋਣੀ ਜ਼ਰੂਰੀ ਹੈਗੀ ਠੀਕ ਹੈ ਜੀ ਤੇ ਤੁਹਾਡੇ ਕੋਲੇ ਟ੍ਰੇਡਿੰਗ ਪੀਰੀਅਡ ਸਪੋਰਟਸ ਕੋਟਾ ਅਪੁਆਇੰਟਮੈਂਟ ਬੱਲੇ ਵੀ 3 ਇਅਰ ਅਨਲੈਸਸ ਦਾ ਪਾਸਸ ਆਈਆਈਟੀ ਰੀਵੈਂਟਡ ਟ੍ਰੇਡ 6 ਮਨთ ਠੀਕ ਹੈ ਜੀ ਤੇ ਆਈਆਈਟੀ ਦਾ ਵੀ ਤੁਹਾਡੇ ਕੋਲੇ ਹੋਣਾ ਚਾਹੀਦਾ ਹੈਗਾ ਇਸ ਤੋਂ ਬਾਅਦ ਜੂਨੀਅਰ ਕਲਰਕ ਦੀ ਕਾ ਪੋਸਟ ਆ ਗਈ ਹੈ ਜੂਨੀਅਰ ਕਲਰਕ ਦੇ ਵਿੱਚ ਤੁਹਾਡੇ ਕੋਲੇ 12ਵੀਂ ਪਾਸ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਤੁਹਾਨੂੰ ਉਹ ਟਾਈਪਿੰਗ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਜاہے ਇੰਗਲਿਸ਼ ਬਾਰੇ ਜاہے ਹਿੰਦੀ ਦੋਨਾਂ ਚ ਇੱਕ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਫਿਰ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਨੰਬਰ 3 एलिजिਬਿਲਟੀ ਕ੍ਰਾਈਟੇਰੀਆ ਮਿਨੀਮਮ ਸਪੋਰਟਸ ਨੋਰਮ ਨੇ ਰਿਕਰੂਟਮੈਂਟ ਡੀਅਰ ਪੁੱਛਿਆ ਕਿ ਕੀ ਕੁਝ ਹੋਣਾ ਚਾਹੀਦਾ ਆਪਣੇ ਕੋਲੇ ਇਹ ਕਿ ਨੇ ਬਾਡ ਕੱਪ ਜੂਨੀਅਰ ਯੂਥ ਸੀਨੀਅਰ ਕੈਟਾਗਰੀ ਦੇ ਵਿੱਚ ਜਾਂ ਬਾਡ ਜੇਪ ਦੇ ਵਿੱਚ ਜੂਨੀਅਰ ਸੀਨੀਅਰ ਕੈਟਾਗਰੀ ਦੇ ਵਿੱਚ ਏਸ਼ੀਆਨ ਗੇਮਸ ਕੰਵਰਟਡ ਜੂਥ ਚੈਂਪੀਅਨ ਟਰੋਫੀ ਠੀਕ ਹੈ ਇਹ ਜਿਹਾ ਹੋ ਜੇ ਇਹ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ نیچے ਵਾਲੀਆਂ ਦੇਖ ਲਓ ਇੱਕ ਵਾਰੀ ਤੁਸੀਂ ਚੈੱਕ ਕਰਕੇ ਤੇ ਇਸ ਤੋਂ ਬਾਅਦ ਥੱਲੇ ਆ ਗਿਆ ਸੀਨੀਅਰ ਇਹਨਾਂ ਚ ਕੋਈ ਕੁਆਲੀਫਾਈਏ ਤੁਹਾਡੇ ਕੋਲੇ ਹੋਵੇ ਤਾਂ ਤੁਸੀਂ ਇਹ ਫਾਰਮ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਅੱਗੇ ਆ ਕੇ ਲਿਸਟ ਆਫ ਜੂਨੀਅਰ ਨੈਸ਼ਨ ਜੇਪੀਸ ਰੈਕਗਨਾਈਜ਼ ਵਾਇਦਾ ਆਰ ਐਸ ਪੀ ਵੀ ਰਿਕਰੂਟਮੈਂਟ ਸਪੋਰਟਸ ਪਰਸਨ ਅਗੇਂਸਟ ਐਡਵਾਈਜ਼ਟਮੈਂਟ ਬਾਸਕਟਬਾਲ ਰੈਸਲਿੰਗ ਐਥਲੈਟਿਕ ਹੌਕੀਸ ਨੂੰ ਦੱਸ ਹੀ ਦਿੱਤਾ ਠੀਕ ਹੈ ਜੀ ਏਜ ਗਰੁੱਪ ਵੀ ਦੱਸਤਾ ਸਾਨੂੰ ਮੈਂਦੇ ਚ ਕੀ ਕੀ ਹੋਣਾ ਚਾਹੀਦਾ ਟੈਕਨੀਕਲ ਵਾਸਤੇ ਕਲੀ ਪੋਸਟ ਉਹਦੇ ਵਾਸਤੇ ਕੋਈ ਵੀ ਅਪਲਾਈ ਕਰ ਸਕਦਾ ਜੀ ਸਪੋਰਟਸ ਕੋਟਾ ਨਹੀਂ ਮੰਗਿਆ ਇਹਨਾਂ ਨੇ ਠੀਕ ਹੈ ਜੀ 500 ਰੁਪਏ ਫੀਸ ਹੈ ਜੀ ਦੂਜੇ 250 ਰੁਪਏ ਫੀਸ ਹੈ ਓਕੇ ਜੀ ਤੇ ਤੁਸੀਂ ਇਹ ஆன்ਲਾਈਨ ਵੀ ਅਪਲਾਈ ਕਰ ਸਕਦੇ ਹੋ ओके okay, जी ਤੇ ਨਾ ਉਹਨੇ ઓਨਲਾਈਨ ਨਹੀਂ ਕਰਨੇ ਨਹੀਂ ਨਹੀਂ ઓਨਲਾਈਨ ਨਹੀਂ ਕਰਨਾ ਬੱਚੋ ਇਹ ਇਹ ਤੁਹਾਨੂੰ ਵੈਸੇ ਪ੍ਰਪੇਜਨਾ ਪੂਗਾ ਪ੍ਰੀਫਾਰਮਾ ਦਾ ਠੀਕ ਹੈ ਆਪਾਂ ਪ੍ਰੀਫਾਰਮਾ ਆਫਰ ਐਪਲੀਕੇਸ਼ਨ ਕਿਊਟ ਬਿਗੈਸਟ ਸਪੋਰਟਸ ਕੋਟਾ ਇਹਦੇ ਵਿੱਚ ਤੁਸੀਂ ਇਹ ਫੋਟੋ ਅਟੈਚ ਕਰਕੇ ਇਹ ਭੇਜ ਦੇਣਾਗਾ ਆਹ ਐਡਰੈਸ ਤੇ ਭੇਜਣਾ ਹੈ ਠੀਕ ਹੈ ਜਿਹ ਕਿਸੇ ਕੋਲ ਡਿਗਰੀ ਦਾ ਸਰਟੀਫਿਕੇਟ ਹੈਗਾ ਤਾਂ ਉਹ ਅਪਲਾਈ ਕਰ ਸਕਦਾ ਜਿਹਦੀ ਉਮਰ 18 ਤੋਂ 25 ਹੁੰਦੀ ਹੈ ਉਹਦੇ ਵਿੱਚ ਟੈਕਨੀਕਲ ਦੇ ਵਿੱਚ ਵੀ ਅਪਲਾਈ ਕਰ ਸਕਦਾ ਹੈਗਾ ਠੀਕ ਹੈ ਜੀ ਇੱਥੇ ਦੇ ਸਰਟੀਫਿਕੇਟ ਲਾ ਦੇਓ ਨਾਲ ਤੇ ਜਿੰਨੇ ਸਾਰੇ ਲਿਮਿਟ ਹੈ ਪੂਰੇ ਕਰ ਦਿਓ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਲਦੀ ਬਾਦ ਦੇ ਰੋ ਪਈ